ਸੋ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਹਰੀਕੇ ਨੌ ਦਾ ਵਾਸੀ ਗੁਰਪ੍ਰੀਤ ਸਿੰਘ 9 ਅਕਤੂਬਰ ਨੂੰ ਉਹਨਾਂ ਦਾ ਪੰਜਾਬ ਦੀਆਂ ਪੰਚਾਇਤੀ ਚੋਣਾਂ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਭਲਕੇ ਉਹਨਾਂ ਦਾ ਭੋਗ ਹੈਗਾ ਗੁਰਪ੍ਰੀਤ ਸਿੰਘ ਹਰੀ ਨੂੰ ਕੌਣ ਸੀ ਕੋਈ ਵੱਡੀ ਸਾਜ਼ਿਸ਼ ਸੀ ਉਹਦੇ ਕਤਲ ਨੂੰ ਲੈ ਕੇ ਪਾਈਸੁਰਜੀਤ ਸਿੰਘ ਖੋਸਾ ਸਾਡਾ ਮੌਜੂਦ ਨੇ ਗੱਲਬਾਤ ਕਰਦੇ ਆ ਖੋਸਾ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਖੋਸਾ ਸਾਹਿਬ ਇਹ ਗੁਰਪ੍ਰੀਤ ਸਿੰਘ ਹਰੀਨੋ ਦਾ ਪਿਛੋਕੜ ਕੀ ਹੈ ਦੇਖੋ ਜੀ ਗੁਰਪ੍ਰੀਤ ਸਿੰਘ ਹਰੀਨੋ ਇੱਕ ਖੇਤੀਬਾੜੀ ਦੇ ਪਰਿਵਾਰ ਨਾਲ ਸੰਬੰਧਿਤ ਇੱਕ ਛੋਟੇ ਕਿਸਾਨ ਦਾ ਬੇਟਾ ਆ ਜਿਹਦਾ 2 2.5 ਕਿਲੇ ਦਾ ਮਾਲਕ ਆ ਤੇ ਦੋ ਚਾਰ ਡੰਗਰ ਰੱਖ ਕੇ ਉਹ ਆਪਣਾ ਗੁਜ਼ਾਰ-ਬਸਰ ਗੁਜ਼ਾਰ-ਬਸਰ ਕਰਦਾ ਆ ਪਿਛਲੇ ਸਾਲ 2020 ਦੇ ਵਿੱਚ ਉਹ ਦਬਈ ਵੀ ਜਾਂਦਾ ਆ ਦਵੇਈ ਵੀ ਆਪਣੇ ਪਰਿਵਾਰ ਨੂੰ ਪਾਲਣ ਪੋਸ਼ਣ ਦੀ ਗੱਲ ਕਰਦਾ ਆ ਪਰ ਜਦੋਂ ਦੀਪ ਸਿੱਧੂ ਉਹਨਾਂ ਦਾ ਆਬਾਰ ਆਉਂਦਾ ਆ 2020 ਚ ਉਹ ਉਹਨਾਂ ਦੀ ਐਕਟੀਵਿਟੀ ਤੋਂ ਪ੍ਰਭਾਵਿਤ ਹੋ ਕੇ ਤੇ ਉੱਥੋਂ ਛੱਡ ਕੇ ਉਹ ਇੱਥੇ ਪੰਜਾਬ ਆ ਜਾਂਦੇ ਹੈਗੇ ਆ ਪੰਜਾਬ ਆਣ ਕੇ ਉਹ ਦੀਪ ਸਿੱਧੂ ਨੂੰ ਦੀ ਜਿਹੜੀ ਜਥੇਬੰਦੀ ਵਾਰਿਸ ਪੰਜਾਬ ਆ ਜਦੋਂ ਉਹ ਬਣਦੀ ਆ ਤੇ ਦੀਪ ਸਿੱਧੂ ਨੌ ਮੁਢਲੇ ਮੈਂਬਰਾਂ ਵਿੱਚ ਵਾਰਿਸ ਪੰਜਾਬ ਦੇ ਨੌ ਮੁਢਲੇ ਮੈਂਬਰਾਂ ਵਿੱਚ ਹਰੀ ਨੌ ਨੂੰ ਖਜਾਨਚੀ ਲਾਉਂਦੇ ਹੈਗੇ ਇੱਥੋਂ ਸਾਬਤ ਹੁੰਦਾ ਕਿ ਉਹ ਕਿੰਨਾ ਵਿਸ਼ਵਾਸ ਪੱਤਰ ਸੀਗਾ ਦੀਪ ਸਿੱਧੂ ਉਹਨਾਂ ਤੇ ਕਿੰਨਾ ਫੇਸ ਕਰਦੇ ਸੀ ਕੌਣ ਸੀਗਾ ਇਹ ਆਪਣੀ ਗੱਲ ਹੋ ਗਈ ਤੇ ਕਿਵੇਂ ਦਾ ਸੀਗਾ ਹਮ ਹੁਣ ਕਈ ਗੱਲਾਂ ਚੱਲਦੀਆਂ ਨੇ ਕਿ ਉਹ ਆ ਸੀਗਾ ਉਹ ਜੀ ਉਹਦਾ ਚੈਟ ਗਲਤ ਕਰਦਾ ਸੀ ਉਹ ਕਿਸੇ ਨੂੰ ਗਾਲਾਂ ਕੱਢਦਾ ਸੀ ਨਹੀਂ ਉਹ ਪੰਜਕਰਾਂ ਦਾ ਧਾਰਨੀ ਸੀ ਅਮਰਤਾਰੀ ਸੀ ਨਿਤਨੇਮੀ ਸੀਗਾ ਬਾਬਲ ਇਨਸਾਫ ਮੋਰਚਾ ਲੱਗਿਆ ਹੈਗਾ ਬਾਬਲ ਅੱਡੇ ਤੇ ਭਾਈ ਸੁਖਰਾਜ ਉਹਨਾਂ ਦੇ ਸੁਪਾਈ ਸੁਖਰਾਜ ਹੁਣ ਸੁਖਰਾਜ ਸਿੰਘ ਦਾ ਤੁਹਾਨੂੰ ਨਾ ਜਿਆਦਾ ਗੁਰਪ੍ਰੀਤ ਦਾ ਨਾਂ ਅੱਜ ਜਾਦ ਹੋਣ ਲੱਗਾ ਜਦੋਂ ਉਹਦਾ ਕਤਲ ਹੋਇਆ ਪਰ ਸੁਖਰਾਜ ਸਿੰਘ ਹਾਈਲਾਈਟਡ ਚਿਹਰਾ ਸੀਗਾ ਜਿਹੜੀ ਮੋਰਚੇ ਦੀ ਕਿੰਗ ਪੈਨ ਸੀ ਉਹ ਗੁਰਪ੍ਰੀਤ ਸਿੰਘ ਹਰੀਨੋ ਸੀ ਕਿਉਂਕਿ ਗੁਰਪ੍ਰੀਤ ਹਰੀਨੋ ਉੱਥੇ ਕੰਟੀਨਿਊ ਦਿਨ ਪਰ ਰਾਤ ਉਹ ਕਹਿੰਦਾ ਹੁੰਦਾ ਸੀ ਸਾਨੂੰ ਕਿ ਬਾਬੇ ਮੈਂ ਤਾਂ ਕੈਂਚੀ ਚਪਲਣ ਵਾਲੀ ਹੂੰ ਕੰਮ ਚਲਾਉਣਾ ਇੱਥੇ ਤੇ ਮਤਲਬ ਕਈ ਵਾਰ ਇਹੋ ਜ ਹੈ ਉਹਦੇ ਫਾਈਨੈਂਸ਼ੀਅਲੀ ਹਾਲਾਤ ਦੇਖੋ ਇਨੀ ਪਰਿਵਾਰ ਦੇ ਕਿੰਨੇ ਹੁਣ ਕਿਦਾਂ ਦੇ ਹੁੰਦੇ ਉਮਰ ਕਿੰਨੀ ਸੀਗੀ ਉਮਰ 37 38 ਸਾਲ ਅੱਛਾ 38 ਸਾਲ ਅੱਛਾ ਖੋਸਾ ਸਾਹਿਬ ਇਹ ਵੀ ਇਹ ਗੱਲ ਉੱਠਦੀ ਵੀ ਹੈ ਪੰਚਾਇਤੀ ਚੋਣਾਂ ਦੇ ਦੌਰਾਨ ਉਹਦਾ ਕਤਲ ਹੋਣਾ ਕੋਈ ਸਾਜ਼ਿਸ਼ ਹੈਗੀ ਸੀ ਆ ਇਹ ਸਵੱਬੀ ਹੈ ਦੇਖੋ ਜੀ ਇਹ ਬੜੀ ਵੱਡੀ ਗੱਲ ਹੈਗੀ ਆ 6:21 ਤੇ ਗੋਲੀ ਚੱਲਦੀ ਹੈ 6:35 ਤੇ ਮੈਨੂੰ ਫੋਨ ਜਾਂਦਾ ਪੌਣੇ 7 6:45 ਤੇ ਉਹ ਉਹਨੂੰ ਲੈ ਕੇ ਫਰੀਦਕੋਟ ਮੈਡੀਕਲ ਕਾਲਜ ਚਲ ਜਾਂਦੇ ਆ 7:20 ਤੇ ਡਾਕਟਰ ਉਹਦੀ ਡੈਥ ਡਿਕਲੇਅਰ ਕਰਦਾ ਆ ਤੇ ਪੌਣੇ 7 6:45 ਜਾਂ 6:50 ਦੇ ਦਰਮਿਆਨ ਪੰਜਾਬ ਸਪੈਕਟਰਮ ਦਾ ਇੱਕ ਪੇਜ ਚੱਲਦਾ ਉਹ ਕਹਿੰਦਾ ਕਿ ਪੰਚਾਇਤੀ ਚੋਣਾਂ ਨਾ ਹੋਇਆ ਡਾਕਟਰ ਆਫੀਸ਼ੀਅਲੀ 7:20 ਤੇ ਡਿਕਲੇਅਰ ਕਰਦਾ ਆ ਤਾਂ ਪੰਜਾਬ ਸਪੈਕਟਰਮ ਵਾਲੇ ਨੂੰ ਕਿੱਦਾਂ ਪਤਾ ਲੱਗ ਗਿਆ ਉਹ ਪਹਿਲਾਂ ਹੀ ਦੱਸ ਰਿਹਾ ਉਹ ਪਹਿਲਾਂ ਦੱਸ ਰਿਹਾ ਇਸ ਕਰਕੇ ਗਿਣੀ ਮਿਥੀ ਸਾਜ਼ਿਸ਼ ਸੀਗਾ ਜਦੋਂ ਫਿਰ ਅਗਲੇ ਦਿਨਾਂ ਵਿੱਚ ਗੱਲ ਚੱਲੀ ਵਿਰੋਧੀ ਧੜਾਵੀ ਇਹਨਾਂ ਵਾਲਾ ਧੜਾਵੀ ਦਨਕ ਪਾਰਟੀਆਂ ਪਿੰਡਾਂ ਵਿੱਚ ਹੈਗੀਆਂ ਜਾਂ ਕਾਲੀਦਲ ਕਾਂਗਰਸ ਤੇ ਆਮ ਆਦਮੀ ਜੀ ਸਾਰੇ ਹੀ ਧੜੇ ਉੱਥੇ ਆਏ ਹਮ ਤੁਹਾਡੇ ਜਰਨਲਿਸਟ ਗਏ ਚਲੋ ਤੁਸੀਂ ਦੂਰ ਆ ਉਹਨਾਂ ਨੇ ਜਾ ਕੇ ਕਵਰ ਕੀਤਾ ਕਿਸੇ ਵੀ ਪਿੰਡ ਦੇ ਇੱਕ ਬੱਚੇ ਨੇ ਵੀ ਨਹੀਂ ਕਿਹਾ ਵੀ ਇਹ ਜਿਹੜਾ ਕਤਲ ਆ ਪੰਚਾਇਤੀ ਚੋਣਾਂ ਵਾਲਾ ਇਹ ਇੱਕ ਝੂਠ ਸੀ ਸ਼ਗੂਫਾ ਸੀ ਝੂਠਾ ਨੈਟਿਵ ਸਜਣ ਸਰਜਣ ਦੀ ਗੱਲ ਸੀ ਕਿਉਂਕਿ ਜਿਹੜੇ ਲੋਕਾਂ ਨੇ ਇਹ ਗੱਲ ਉਹਨਾਂ ਸ਼ੂਟਰਾਂ ਕੋਲੋਂ ਜਾਂ ਉਹਦੇ ਦਰਿੰਦਿਆਂ ਕੋਲੋਂ ਕਹਾਈ ਕਿ ਉਹਨਾਂ ਨੇ ਪੁੱਛਿਆ ਕਿ ਹਰੀਨੋ ਟਾਕਸ ਜਿਹੜਾ ਮੁੰਡਾ ਚਲਾਉਂਦਾ ਉਹਦਾ ਘਰ ਕਿਹੜਾ ਹਮ ਉਹਨੂੰ ਫੇਰ ਗੋਲੀਆਂ ਮਾਰਨੀਆਂ ਰੇਕੀ ਕਰਦੇ ਸੀ ਹਾਂਜੀ ਦਰਿੰਦਰ ਦਰਿੰਦਰਜੀ ਨਾਲ ਗੋਲੀਆਂ ਮਾਰਨੀਆਂ ਉਹਦੇ ਵਿੱਚ ਮਰਵਾਹਾਂ ਸਾਹਿਬ ਇਦਾਂ ਵੀ ਜਿਵੇਂ ਹੁਣ ਕੋਈ ਪੁੱਛੇ ਵੀ ਖੋਸੇ ਦਾ ਘਰ ਕਿਹੜਾ ਵੀ ਇਹ ਬੋਲਦਾ ਤੇ ਇੱਕ ਨੇਟਿਵ ਖੜਾ ਕਰਦੇ ਹੋ ਡਰ ਦਾ ਮਾਹੌਲ ਪੈਦਾ ਕਰਦੇ ਹੋ ਕਿ ਅਸੀਂ ਦੱਸ ਕੇ ਪੁੱਛ ਕੇ ਗੋਲੀ ਮਾਰਦੇ ਹਾਂ دہشت ਖੌਫ ਜਿਹੜਾ ਡੈਸ਼ ਖੌਫ ਖੜਾ ਕਰਨ ਵਾਸਤੇ ਫਿਰ ਦੇਖੋ ਇੱਕ ਬਜ਼ੁਰਗ ਮਾਪਿਆਂ ਦਾ ਬਡੇਪੇ ਦੀ ਡਿਗੋਰੀ ਚਲੀ ਗਈ ਇੱਕ 9-10 ਸਾਲ ਦੇ ਬੱਚੇ ਦਾ ਬਾਪ ਚਲੇ ਗਿਆ ਇੱਕ ਦਾ ਸਾਈ ਚਲਾ ਗਿਆ ਇੱਕ ਨੌਜਵਾਨ ਬੱਚੀ ਦੇ ਸਿਰ ਦਾ ਸਾਈ ਚਲਾ ਗਿਆ ਅੱਜ ਉਹਨਾਂ ਦਾ ਤੇ ਸਮਝ ਲਓ ਵੀ ਸੰਸਾਰ ਉੱਜੜ ਗਿਆ ਅੱਛਾ ਥੋੜਾ ਆਪਾਂ ਹੋਰ ਵੀ ਗਹਿਰਾਈ ਵਿੱਚ ਚੱਲ ਜਾਈਏ ਫਿਰ ਕੀ ਹੈ ਮਤਲਬ ਉਸ ਲਹਿਰ ਨੂੰ ਚਲਾ ਰਿਹਾ ਸੀਗਾ ਦੇਖੋ ਜੀ ਗੁਰਪ੍ਰੀਤ ਹਰੀ ਨੂੰ ਜਿੱਦਣ 18 ਮਾਰਚ ਨੂੰ ਅੰਮ੍ਰਿਤਪਾਲ ਦਾ ਇੱਕ ਐਪੀਸੋਡ ਹੁੰਦਾ ਅਜਨਾਲਾ ਕਾਂਡ ਵਾਲੇ ਚ ਫੋੜਫੜਾਈ ਹੁੰਦੀ ਆ ਜੀ ਇਹ ਆਪ ਖੁਦ ਉੱਥੋਂ ਭੱਜ ਜਾਂਦਾ ਆ ਜੀ ਇਹਦੇ ਸਾਥੀ ਫੜੇ ਜਾਂਦੇ ਆ ਜਿੰਨੇ ਵਾਰਸ ਪੰਜਾਬ ਨਾਲ ਸੰਬੰਧਤ ਸੀ ਜਾਂ ਜਿੰਨੇ ਪ੍ਰੋਐਕਟਿਵ ਸੀਗੇ ਸੋਸ਼ਲ ਮੀਡੀਆ ਤੇ ਨੌਜਵਾਨ ਸਾਰੇ ਪੁਲਿਸੋਂ ਚੁੱਕੇ ਜਾਂਦੇ ਆ ਗੁਰਪ੍ਰੀਤ ਹਰੀਨੌ ਤੇ ਕੋਮਲ ਕਰੀਰਵਾਲ ਨੂੰ ਵੀ ਪੁਲਿਸ ਚੁੱਕ ਕੇ ਲੈ ਜਾਂਦੀ ਆ ਮੈਨੂੰ ਵੀ ਪਤਾ ਲੱਗਦਾ ਮੈਨੂੰ ਸਖਰਾਜ ਹੁਣੀ ਫੋਨ ਕਰਦੇ ਕਿ ਬਾਬੇ ਉਹਨਾਂ ਨੂੰ ਚੁੱਕੇ ਲੱਗੇ ਜਦਾਂ ਸਟੇਟ ਜੀ ਪੰਜਾਬੀ ਚ ਮੈਂ ਕਿਹਾ ਵੀ ਇਹ ਗੱਲ ਮਾੜੀ ਆ ਇਹ ਤਾਂ ਬਾਬਲ ਮੋਰਚੇ ਤੇ ਰਹਿਣ ਵਾਲੇ ਬੰਦੇ ਇਹਨਾਂ ਨੂੰ ਕਿਉਂ ਚੁੱਕਿਆ ਚਲੋ ਅਸੀਂ ਅਫਸਰਾਂ ਨਾਲ ਰابطਾ ਕਰਨ ਉਹ ਕਹਿੰਦੇ ਨਹੀਂ ਜੀ ਇਹ ਖਜਾਂਚੀ ਆ ਅਸੀਂ ਉਹਨਾਂ ਨੂੰ ਮਤਲਬ ਸਮਝਾਉਣ ਚ ਜਾਂ ਆਪਦੀ ਗੱਲ ਰੱਖਣ ਚ ਕਾਮਯਾਬ ਹੁੰਨੇ ਆ ਉਹ ਸਾਡੇ ਕਹਿਣ ਦੇ ਉੱਤੇ ਸਾਡੀ ਜ਼ਿੰਮੇਵਾਰੀ ਤੇ ਇਹਨਾਂ ਨੂੰ ਛੱਡ ਦਿੰਦੇ ਆ 8 ਦਿਨ ਬਾਅਦ ਜਦੋਂ ਛੱਡ ਦਿੰਦੇ ਆ ਤੁਹਾਡਾ মিডিਆ ਵਾਲੇ ਵੀਰ ਉੱਥੇ ਜਾਂਦੇ ਆ ਲੋਕਲ মিডিਆ ਉਹ ਪੁੱਛਦੇ ਆ ਕਿ ਤੁਸੀਂ ਇਸ ਗੱਲ ਨੂੰ ਕਿਵੇਂ ਵੇਖਦੇ ਆ ਤੇ ਗੁਰਪ੍ਰੀਤ ਹਰੀਨੋ ਜੇਲ੍ਹ ਤੋਂ ਬਾਹਰ ਆਉਂਦੇ ਆ ਕਹਿੰਦਾ ਕਿ ਜਿਹੜਾ ਅਮਰਤਪਾਲ ਇਹ ਡੀਂਗਾ ਮਾਰਦਾ ਸੀਗਾ ਕਿ ਜੇ ਚਾਰ ਮਰ ਜਣਗੇ ਤੇ ਕਿਹੜਾ ਮੱਸਿਆ ਲੱਗਣੋਂ ਹਟ ਚਲੀ ਆ ਕਹਿੰਦਾ ਹੁਣ ਡਰਿਆ ਕਿਉਂ ਫਿਰਦਾ ਹੁਣ ਉਹਨੂੰ ਗ੍ਰਿਫਤਾਰੀ ਦੇਣੀ ਚਾਹੀਦੀ ਆ ਤਾਂ ਕਿ ਲੋਕਾਂ ਦੇ ਬੱਚਿਆਂ ਦੀਆਂ ਢੂਈਆਂ ਨਾ ਕੁੱਟੀਆਂ ਜਾਂਦਣ ਹੁਣ ਲੋਕਾਂ ਦੇ ਬੱਚਿਆਂ ਦੀਆਂ ਢੂਈਆਂ ਨਹੀਂ ਕਟਾਉਣੀਆਂ ਚਾਹੀਦੀਆਂ ਇਸ ਗੱਲ ਨੂੰ ਲੈ ਕੇ ਇਹਦੀ ਬਘੇਲ ਸਿੰਘ ਐਂਡ ਕੰਪਨੀ ਟਰੋਲ ਆਰਮੀ ਸਾਰੇ ਇਹਦੇ ਗੁਰਪ੍ਰੀਤ ਦੇ ਵਿਰੋਧ ਚ ਹੋ ਜਾਂਦੇ ਆ ਉਹਨੂੰ ਮੰਦਾ ਚੰਗਾ ਸੋਸ਼ਲ ਸਾਈਡ ਦੇ ਉੱਤੇ ਬੋਲਣਾ ਸ਼ੁਰੂ ਕਰ ਦਿੰਦੇ ਵਿਗ ਗਿਆ ਗद्दार ਜਿਹਾ ਉਹ ਐਦਾਂ ਦੇ ਕਿਤੇ ਕਿਤੇ ਵੱਲ ਇਸ਼ਾਰਾ ਕਰ ਰਹੇ ਤੁਸੀਂ ਉਹਦੀ ਹੱਤਿਆ ਦੇ ਨੂੰ ਲੈ ਕੇ ਅਮਰਤਪਾਲ ਦੀ ਜਿਹੜੀ ਟੀਮ ਸੀਗੀ ਉਹ ਸਾਰੀ ਮੈਂ ਆਉਣਾ ਅਗਲੀ ਗੱਲ ਰੱਖਦਾ ਨਾ ਨੇ ਟ੍ਰੋਲ ਕਰਦੀਆ ਫਿਰ ਉਹ ਨੌਜਵਾਨ ਜਿਹੜਾ ਫੇਸਬੁੱਕ ਤੇ ਲਿਖਣਾ ਸ਼ੁਰੂ ਕਰਦਾ ਕਿਉਂਕਿ ਉਹ ਉਹਦਾ ਭਰਾ 2 ਸਾਲ ਅਮਰਤਪਾਲ ਦਾ ਰੂਮ ਮੇਟ ਰਿਆ ਗੁਰਪ੍ਰੀਤ ਦਾ ਭਰਾ ਸੁਖਪ੍ਰੀਤ ਠੀਕ ਹੈ ਇਹ ਆਪ ਵੀ ਉਹਦੇ ਟੱਚ ਚ ਰਿਆ ਦਬਈ ਵਿੱਚ ਠੀਕ ਹੈ ਤੇ ਇਹ ਧਾਰਮਿਕ ਵਰਤੀ ਦਾ ਲੜਕਾ ਸੀਗਾ ਉੱਥੇ ਵੀ ਜੇ ਕਿਸੇ ਤੇ ਵਿਪਤਾ ਬਣਦੀ ਸੀ ਇੱਕ ਦੋ ਲੜਕੀਆਂ ਆਂਦਾ ਇਹਨੇ ਉਥੋਂ ਛਡਵਾਇਆ ਛਡੂਇਆ ਸਾਰਾ ਕੁਝ ਕੀਤਾ ਪਿੰਡ ਚ ਵੀ ਇਦਾਂ ਦੀ ਉਹਦੀ ਧਾਰਮਿਕ ਪ੍ਰਵਿਰਤੀ ਸੀ ਕਈ ਵਾਰ ਜਿਹੜਾ ਸੱਚਾ ਬੰਦਾ ਹੁੰਦਾ ਉਹਦੇ ਬੋਲ ਜ਼ਰੂਰ ਖਰਵੇ ਹੁੰਦੇ ਆ ਪਰ ਮਨ ਦਾ ਸਾਫ ਸੀਗਾ ਹੁਣ ਜਦੋਂ ਇਹ ਲਿਖਣਾ ਸ਼ੁਰੂ ਕਰ ਦਿੰਦੇ ਆ ਉਹ ਫੇ ਹਰੀ ਨੋਟ ਨਾਂ ਦਾ ਹਰੀ ਨੋਟ ਟਾਕਸ ਨਾਂ ਦਾ ਇੱਕ ਪੇਜ ਬਣਾਉਂਦਾ ਆ ਉਹਦੇ ਤੇ ਆਪਦੀ ਗੱਲ ਫੁੱਬੀ ਰੱਖਦਾ ਕਿ ਇਹ ਆਪ ਕਿਉਂ ਭੱਜਿਆ ਇਹਦੇ ਇਹ ਕਹਿੰਦਾ ਸੀਗਾ ਕਿ ਧਰਨੇ ਨਹੀਂ ਲਾਉਣੇ ਜਦੋਂ ਇਹ ਉੱਥੇ ਮੋਰਚਾ ਲਾਉਂਦੇ ਆ ਜੀ ਇਹ ਕਹਿੰਦੇ ਸੀ ਧਰਨੇ ਨਹੀਂ ਲਾਉਣੇ ਇਹਨਾਂ ਨੇ ਧਰਨੇ ਲਾ ਲਿਆ ਇਹ ਕਹਿੰਦੇ ਸੀ ਭੁੱਖ ਹੜਤਾਲ ਨਹੀਂ ਕਰਨੀ ਇਹਨਾਂ ਨੇ ਭੁੱਖ ਹੜਤਾਲ ਕਰ ਲਈ ਆ ਇਹ ਕਹਿੰਦੇ ਸੀ ਅਸੀਂ ਅਸੀਂ ਸਵਧਾਨ ਚ ਵਿਸ਼ਵਾਸ ਨਹੀਂ ਰੱਖਦੇ ਚੋਣਾ ਨਹੀਂ ਲੜਨੀਆ ਇਹਨਾਂ ਨੇ ਚੋਣਾ ਵੀ ਲੜਨੀਆ ਇਹ ਇਹ ਕਹਿੰਦੇ ਸੀ ਖਾਲਸਤਾਨ ਦੀ ਗੱਲ ਕਰਦੇ ਸੀ ਇਹਨਾਂ ਨੇ ਸਵਧਾਨ ਦੀ ਸੌ ਵੀ ਚੁੱਕ ਲਈ ਜਦੋਂ ਏ ਉਹ ਸਾਰਾ ਸੱਚ ਤੇ ਮਹਾਰਾਜ ਦੀ ਬਾਣੀ ਕਹਿੰਦੀ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੀਂ ਬਿਲਕੁਲ ਠੀਕ ਉਹਨੇ ਸੱਚ ਬੋਲਿਆ ਇਹਨਾਂ ਨੂੰ ਅੱਗ ਲੱਗਣੀ ਸ਼ੁਰੂ ਹੋ ਗਈ ਫਿਰ ਹੁਣ ਐਡਵੋਕੇਟ ਸਿਮਰਨ ਸਿੰਘ ਹੈਗੇ ਆ ਸੀਨੀਅਰ ਐਡਵੋਕੇਟ ਆਪ ਚੰਡੀਗੜ੍ਹ ਤੋਂ ਉਹ ਇੱਕ ਖਲਾਸਾ ਕਰ ਦਿਆ ਕਿ ਅਮਰਤਪਾਲ ਜਿਹੜਾ ਹੈਗਾ ਆ ਇਹ ਵਾਰਸ ਪੰਜਾਬ ਜਥੇਬੰਦੀ ਦਾ ਪ੍ਰਧਾਨ ਹੀ ਨਹੀਂ ਹੈਗਾ ਉਹ ਸਾਰੀ ਜਿਹੜੀ ਉਹਦੀ ਇਨਫੋਰਮੇਸ਼ਨ ਸਾਰਾ ਸੂਤਰਤਾਰਾ ਉਹ ਗੁਰਪ੍ਰੀਤ ਸਿੰਘ ਹਰੀਨੋ ਸੀ ਕਿਉਂਕਿ ਗੁਰਪ੍ਰੀਤ ਸਿੰਘ ਹਰੀਨੋ ਕੋਲ ਜਿਹੜੀ ਸਰਟੀਫਿਕੇਟ ਹੁੰਦਾ ਰਜਿਸਟਰਡ ਰਜਿਸਟ੍ਰੇਸ਼ਨ ਸਰਟੀਫਿਕੇਟ ਆ ਉਹਦੇ ਕੋਲ ਸੀ ਉਹਦੇ ਵਿੱਚ ਕਿਤੇ ਅਮਰਤਪਾਲ ਖੜਦਾ ਨਹੀਂ ਦਿਸਦਾ ਆਹ ਸੌਰੀ ਹਾਂ ਅਮਰਤਪਾਲ ਖੜਦਾ ਨਹੀਂ ਦਿਸਦਾ ਗੁਰਪ੍ਰੀਤ ਹਰੀਨੋ ਉਹਦੇ ਵਿੱਚ ਆਪਣਾ ਖਜ਼ਾਂਚੀ ਆ ਆਉਣ ਵਾਲੇ ਦਿਨਾਂ ਵਿੱਚ ਗੁਰਪ੍ਰੀਤ ਸਿੰਘ ਹਰੀਨੋ ਹਣੀ ਇੱਕ ਵੱਡਾ ਖਲਾਸਾ ਕਰਨ ਵਾਲੇ ਸੀ ਉਹਦੇ ਕੋਲ ਕਾਫੀ ਇਹਦੇ ਰਾਜ ਸੀਗੇ ਉਹ ਇਹਨਾਂ ਨੂੰ ਡਰ ਪੈ ਗਿਆ ਕਿ ਅੱਜ ਇਹ ਇਥੋਂ ਤੱਕ ਚੱਲ ਗਿਆ ਤੇ ਜੇ ਇਹ ਕੰਡਾ ਨਾ ਕੱਢਿਆ ਗਿਆ ਤੇ ਕੱਲ ਨੂੰ ਸਾਡਾ ਸਾਡੀ ਤੇ ਬਹੁਤ ਹੋਪ ਬਣੀ ਹੋਈ ਆ ਅਸੀਂ ਤਾਂ ਸੰਤ ਗਿਆਨੀ ਜਰਨੈਲ ਸਿੰਘ ਦੇ ਵਾਰਿਸ ਕਹੋਨੇ ਆ ਹੈ ਪਰ ਡੁਪਲੀਕੇਟ ਆ ਪਰ ਉਹਨਾਂ ਨੂੰ ਆਪਣੀ ਉਹ ਜਿਹੜੀ ਆਪਣਾ ਕਹਿੰਦਾ ਹੁੰਦੇ ਚੋਰ ਨੂੰ ਆਪਣਾ ਪਾਲਾ ਮਾਰਦਾ ਉਹਨਾਂ ਨੇ ਸਾਜ-ਸਾਜਬਾਜ ਹੋ ਕੇ ਪਹਿਲਾਂ ਧਮਕੀਆਂ ਦਿੱਤੀਆਂ ਪਿੱਪਲਣਾ ਦਾ ਵਿਅਕਤੀ ਧਮਕੀਆਂ ਦਿੰਦਾ ਰਿਕਾਰਡਿੰਗਸ ਹੈਗੀਆਂ ਤੁਹਾਨੂੰ ਪ੍ਰਾਈਵੇਟ ਸੁਣਾ ਵੀ ਸਕਦੇ ਆ ਕਿਉਂਕਿ ਤੁਸੀਂ ਆਪਣੀ ਗੱਲ ਜਿਹੜੀ ਪਬਲਿਕ ਡੋਮੇਨ ਚ ਰੱਖਣੀ ਆ ਪਰ ਪਬਲਿਕ ਡੋਮੇਨ ਚ ਅਸੀਂ ਤਾਂ ਨਹੀਂ ਚਲਾ ਰਹੇ ਕਿ ਉਹ ਇਨਵੈਸਟੀਗੇਸ਼ਨ ਦਾ ਪਾਰਟ ਆ ਪਰਿਵਾਰ ਨੇ ਚੈਟਸ ਦਿੱਤੀਆਂ ਹੈਗੀਆਂ ਆਡੀਓ ਦਿੱਤੀਆਂ ਹੈਗੀਆਂ ਕੁਝ ਵੀਡੀਓ ਦਿੱਤੀਆਂ ਹੈਗੀਆਂ ਕੁਝ ਜਿਹੜੀਆਂ ਧਮਕੀਆਂ ਦਿੱਤੀਆਂ ਪਹਿਲਾਂ ਘਰ ਦੇ ਬਾਹਰ ਖੂ ਮੋਟਰ ਤੇ ਜਾ ਕੇ ਮਾਲਵੇਚ ਖੇਤ ਕਹਿੰਦੇ ਆ ਖੇਤ ਜਾ ਕੇ ਵੀ ਉਹਨੂੰ ਪਹਿਲਾਂ ਅੰਮ੍ਰਿਤਸਰ ਜੇਲ੍ਹ ਵਿੱਚੋਂ ਵੀ ਬਹੁਤ ਕੁਝ ਉਹਨਾਂ ਕੋਲ ਐਵੀਡੈਂਸ ਹੈ ਭਗਤ ਸਿੰਘ ਦਵਾਬੀ ਤੁਸੀਂ ਨਾਮ ਸੁਣਿਆ ਜੀ 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 ਭਗਤ ਸਿੰਘ ਦਵਾਬੀ ਫਿਰ ਜੋ ਖੁਲਾਸੇ ਕਰਦਾ ਉਹ ਸਹੀ ਨੇ ਬਿਲਕੁਲ ਭਗਤ ਸਿੰਘ ਦਵਾਬੀ ਦੀ 5 ਸਾਲ ਦੀ ਬੱਚੀ ਨੂੰ ਚੁੱਕਣ ਦੀ ਗੱਲ ਕੌਣ ਕਰ ਰਿਹਾ ਭਲਾ ਅਮਰਤਪਾਲ ਉਹ ਤਾਂ ਤੁਸੀਂ ਆਡੀਓ ਸੁਣੀ ਆ ਬਿਲਕੁਲ ਠੀਕ ਹੈ ਪਲਵਿੰਦਰ ਸਿੰਘ ਤੜਵਾੜੇ ਨੂੰ ਮਰੌਣ ਦੀ ਗੱਲ ਕੌਣ ਕਰ ਰਿਹਾ ਵੀ ਇਹਨੂੰ ਯਾਰ ਜੇ ਇੰਦਾ ਮਰਵਾਇਆ ਤੇ ਇਹਨੇ ਮਸ਼ਹੂਰ ਹੋ ਜਾਣਾ ਇਹਦਾ ਕੰਮ ਹੋ ਜਾਣਾ ਉਹ ਤਾਂ ਆਡੀਓ ਤੁਸੀਂ ਸੁਣੀ ਹੈ ਨਾ ਫਿਰ ਇਹ ਇਹ ਜਿਹੜੀਆਂ ਸਾਰੀਆਂ ਗੱਲਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਇਹ ਜਿਹੜਾ ਇਹਨਾਂ ਨੇ ਇਕੱਠੇ ਹੋ ਕੇ ਸਾਜ਼ਬਾਜ਼ ਹੋ ਕੇ ਆਪਣੇ ਜਿਹੜੇ ਗੁਨਾਹ ਹੈਗੇ ਇਹਨਾਂ ਦੇ ਜਿਹੜੀਆਂ ਇਹਨਾਂ ਦੀਆਂ ਕਮਜ਼ੋਰੀਆਂ ਹੈਗੀਆਂ ਉਹ ਪਬਲਿਕ ਡੋਮੇਨ ਵਿੱਚ ਨਾ ਚਲੇ ਜਾਣ ਇਹਨਾਂ ਨੇ ਤਾਂ ਕਰਕੇ ਉਹਦਾ ਕਤਰ ਤੁਸੀਂ ਹੁਣ ਆਵਾਜ਼ ਬੁਲੰਦ ਕਰ ਰਹੇ ਹੋ ਤੁਹਾਨੂੰ ਕੋਈ ਆਪਣੀ ਜਾਨ ਮਾਲ ਦਾ ਪਰਿਵਾਰ ਦਾ ਖਤਸ਼ਾ ਪਰਵਾਹ ਨਹੀਂ ਕਿਸੇ ਕੇਰੀ ਬਾਤ ਸੱਚ ਨਹੀਂ ਆਪਾਂ ਨੂੰ ਕੀ ਹੋਏਗਾ ਹੁਕਮੇਂਦਰ ਸਭ ਕੋ ਬਾਹਰ ਹੁਕਮ ਨਾ ਕੋਈ ਆਪਾਂ ਆਪਾਂ ਤੇ ਉਹਦੇ ਉਹਦੀ ਰਜਾ ਚ ਰਹਿਣ ਵਾਲੇ ਆ ਤੇ ਅਸੀਂ ਤਾਂ ਜਿਹੜਾ ਸਾਡਾ ਨੌਜਵਾਨ ਬੱਚਾ ਗੁਰਪ੍ਰੀਤ ਲਿਖ ਕੇ ਗੱਲ ਕਰਦਾ ਸੀ ਮੈਂ ਉਸ ਦਿਨ ਤੋਂ ਲੈ ਕੇ ਬਬਾਕ ਜਿੰਨੀ ਕੁ ਬੁੱਧੀ ਦਿੱਤੀ ਆ ਮੈਂ ਬੋਲ ਰਿਹਾ ਔਰ ਬੋਲਾਂਗਾ ਜਿੰਨਾ ਚਿਰ ਮੇਰੇ ਸਾਹ ਹੈਗੇ ਮੈਂ ਬੋਲਦਾ ਰਹਾਂਗਾ ਮਾਨ ਸਰਕਾਰ ਤੋਂ ਮੰਗ ਕੀ ਕਰਦੇ ਸਰਕਾਰ ਕੋਲੋਂ ਮੰਗ ਆਪਾਂ ਕੀ ਕਰਨੀ ਆ ਸਰਕਾਰ ਕੋਲੋਂ ਸਰਕਾਰ ਨੂੰ ਤੇ ਲਾਇਨ ਆਰਡਰ ਦੀ ਮਤਲਬ ਸਿਚੁਏਸ਼ਨ ਵੇਖਣੀ ਚਾਹੀਦੀ ਆ ਕਿ 30 ਦੇ ਰਵਲਵਰ ਕਿੱਥੋਂ ਆਏ ਪੰਚਾਇਤੀ ਚੋਣਾ ਕਰਕੇ ਕੋਡ ਆਫ ਕੰਡਕਟ ਲੱਗਾ ਅਸਲਾ ਥਾਣਿਆਂ ਚ ਪਿਆ ਅਸਲਾ ਥਾਣਿਆਂ ਚ ਪਿਆ ਉਹ ਕਿੱਥੋਂ ਆ ਗਿਆ ਇਹ ਇੱਕ ਸਵਾਲ ਸਰਕਾਰ ਦੇ ਪ੍ਰਸ਼ਾਸਨ ਦੇ ਪ੍ਰਬੰਧ ਕੀ ਢਾਂਚੇ ਤੇ ਲਾਅ ਐਂਡ ਆਰਡਰ ਦੇ ਤੇ ਸਵਾਲੀਆ ਨਿਸ਼ਾਨ ਲੱਗਿਆ ਉਹ ਕਤਲ ਦਿਨ ਦਿਹਾੜੇ ਦਰਿੰਦਗੀ ਦੇ ਨਾਲ ਚੋਣ ਜਾਬਤੇ ਜਦੋਂ ਉਥੇ ਆਪਾਣੇ ਜੰਮੇ ਨਹੀਂ ਜਮਾ ਨੇ ਤੇ ਗੋਲੀਆਂ ਚੱਲ ਕੇ ਮੁੰਡਾ ਮਾਰਿਆ ਜਾਂਦਾ ਤੇ ਫਿਰ ਕਿੱਥੋਂ ਮਿਲੇਗਾ ਇਨਸਾਫ ਇਹ ਵੇਖੋ ਹੁਣ ਤੱਕ ਦੀ ਜਿਹੜੀ ਉਹਨਾਂ ਦੀ ਇਨਵੈਸਟੀਗੇਸ਼ਨ ਆ ਕਾਫੀ ਅਛੇ ਤਰੀਕੇ ਨੂੰ ਜਾ ਰਹੀ ਆ ਸਾਡੇ ਕੋਲ ਗਵਾਹ ਵੀ ਨੇ ਸਾਡੇ ਕੋਲ ਐਵੀਡੈਂਸ ਵੀ ਨੇ ਉਹ ਸਾਰਾ ਕੁਝ ਹੋਊਗਾ ਇਹਨਾਂ ਦੇ ਦਿਮਾਗ 'ਚ ਸੀ ਵੀ ਇਹਨੂੰ ਮਾਰ ਦਿਆ ਮਾਰ ਦਿੱਤਾ ਤੇ ਸ਼ਾਇਦ ਗੱਲ ਮੁੱਕ ਗਈ ਗੱਲ ਹੁਣ ਸ਼ੁਰੂ ਹੋਈ ਆ ਮੁੱਕੀ ਨਹੀਂ ਹੁਣ ਸ਼ੁਰੂ ਹੋਈ ਆ ਅਸੀਂ ਹਰ ਗੱਲ ਕਰਾਂਗੇ ਔਰ ਮੈਂ ਤੁਹਾਡੇ ਇਸ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਵੀ ਉਸ ਪਰਿਵਾਰ ਨੂੰ ਇਕੱਲਾ ਨਾ ਸਮਝਿਆ ਜਾਵੇ ਉਸ ਪਰਿਵਾਰ ਦੇ ਨਾਲ ਅਸੀਂ ਖੜੇ ਸੀ ਖੜੇ ਹਾਂ ਤੇ ਖੜੇ ਰਹਾਂਗੇ ਐਡਵੋਕੇਟ ਜਨਰਲ ਆਵਾਹਗਰੂ ਐਡਵੋਕੇਟਾਂ ਦੀ ਸੀਨੀਅਰ ਐਡਵੋਕੇਟਾਂ ਦੀ ਟੀਮ ਲੋਕਲ ਐਡਵੋਕੇਟਾਂ ਦੀ ਟੀਮ ਸਮਾਜ ਸੇਵੀਆਂ ਦੀ ਟੀਮ ਬੁੱਧੀ ਜੀਵੀਆਂ ਦੀ ਟੀਮ ਕਿਸਾਨ ਜਥੇਬੰਦੀਆਂ ਦੀ ਟੀਮ ਸਾਰੇ ਉਸ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਆ ਬਿਲਕੁਲ ਠੀਕ ਹੈ ਸੋ ਭਾਈ surjit singh khosona ਨੇ ਸਾਫ਼ ਕਰਤੇ ਆ ਕਿ ਜਿਹੜਾ gurpreet singh hari naw ਦਾ ਕਤਲ ਹੋਇਆ ਉਹ ਕਿਤੇ ਨਾ ਕਿਤੇ ਜਿਹੜੇ ਪਹਿਲਾਂ ਸੰਵਿਧਾਨ ਤੇ ਉਂਗਲਾਂ ਚੱਕਦੇ ਸੀ ਫਿਰ ਸੰਵਿਧਾਨ ਦੇ ਅੱਗੇ ਗੋਡੇ ਟੇਕ ਗਏ ਨੇ ਬੇਸ਼ੱਕ ਜੇਲ੍ਹਾਂ ਦੇ ਵਿੱਚ ਬੈਠੇ ਨੇ ਹੁਣ ਦੁਹਾਈਆਂ ਵੀ ਦੇ ਰਹੇ ਨੇ ਉਹਨਾਂ ਦੀ ਕੀ ਭੂਮਿਕਾ ਹੈ ਇਸ ਤੇ ਪੰਜਾਬ ਪੁਲਿਸ ਨੂੰ ਗਹਿਰਾਈ ਨਾਲ ਪੜਤਾਲ ਕਰਨੀ ਚਾਹੀਦੀ ਹੈ ਕਿਸੇ ਤੇ ਕੋਈ ਸਿੱਧੀ ਤੌਰ ਤੇ ਉਂਗਲ ਨੀ ਕਿਸੇ ਨੂੰ ਕੋਈ ਸਜ਼ਾ ਦੇਣ ਦੀ ਗੱਲ ਨਹੀਂ ਕਰਦੇ ਪਹਿਲਾਂ ਪੜਤਾਲ ਕਰੋ ਇਨਵੈਸਟੀਗੇਸ਼ਨ ਕਰੋ ਸਬੂਤ ਜੇ ਮਿਲਣ ਤਾਂ ਫਿਰ ਬਣਦੀ ਜਿਹੜੀ ਕਾਰਵਾਈ ਆ ਬਣਦੀ ਸਜ਼ਾ ਵੀ ਇਹ ਜਿਹੜੀ ਹੈ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਕਿਤੇ ਨਾ ਕਿਤੇ ਜੇ ਕੋਈ ਆਪਣਾ ਇਨਸਿਕਿਓਰ ਫੀਲ ਕਰਦੇ ਹੋਏ ਐਦਾਂ ਜੇ ਗੋਲੀਆਂ ਮਾਰ ਕੇ ਕਤਲ ਕਰਾਏਗਾ ਤਾਂ ਸਵਾਲ ਮਾਨ ਸਰਕਾਰ ਤੇ ਪੰਜਾਬ ਪੁਲਿਸ ਤੇ ਵੀ ਖੜੇ ਹੁੰਦੇ ਨੇ ਇਨਸਾਫ ਕਿੰਨੀ ਕੁ ਛੇਤੀ ਮਿਲਦਾ ਇੰਤਜ਼ਾਰ ਹੈਗਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਧੰਨਵਾਦ ਠੀਕ ਹੈ